ਹਰ ਇੱਕ ਬੇਟੀ ਆਪਦੇ ਡੈਡ ਨੂੰ ਐਜ਼ ਅ ਉਹਦਾ ਹਰ ਬੇਟੀ ਵਾਸਤੇ ਉਹਨਾਂ ਦਾ ਡੈਡ ਇੱਕ ਹੀਰੋ ਹੁੰਦੇ ਹਰ ਇੱਕ ਬੇਟੀ ਵਾਸਤੇ ਤੇ ਮੇਰੇ ਵਾਸਤੇ ਓਬਵੀਅਸਲੀ ਮੇਰੇ ਡੈਡ ਵੀ ਇੱਕ ਹੀਰੋ ਹੈ ਨਹੀਂ ਮੈਂ ਇਹਦਾ ਆਪਦਾ ਇੰਟਰਸਟ ਹੈਗਾ ਬਹੁਤ ਸ਼ੀ ਆਲਵੇਜ਼ ਸੇਜ਼ ਕਿ ਮੈਂ ਜਾਣਾ ਹੈ ਹੁਣ ਛੁੱਟੀਆਂ ਹੈਗੀਆਂ ਦਿੱਲੀ ਪੜ੍ਹਦੀ ਹੈ ਤੇ ਪੂਰਾ ਦਿਲ ਕਰਦਾ ਰੋਜ਼ਾਨਾ ਮੈਂ ਰੋਜ਼ਾਨਾ ਕਹਿੰਦਾ ਕਿ ਅੱਜ ਜਾਣਾ ਹੈ ਸ਼ੀ ਸੇਡ ਕਿ ਹਾਂ ਮੈਂ ਜਾਣਾ ਹੈ ਸੋ ਆਪਦੀ ਇੱਛਾ ਦੇ ਮੁਤਾਬਕ ਆਉਂਦੀ ਹੈ ਇਹ ਬਹੁਤ ਹੀ ਹੈਲਥੀ ਡਿਬੇਟਸ ਨੇ ਜਿਹੜੀਆਂ ਆਪਣੇ ਪੰਜਾਬ ਦਾ ਭਵਿੱਖ ਨੇ ਇਹ ਹੈਲਥੀ ਡਿਬੇਟਸ ਜਦੋਂ ਆਪੋਜੀਸ਼ਨ ਤੇ ਗਵਰਨਮੈਂਟ ਆਪਦੇ ਓਪੀਨੀਅਨਸ ਰੱਖਦੇ ਨੇ ਸੈਂਟਰ ਟੇਬਲ ਤੇ ਆਹ ਅੱਗੇ ਜਾ ਕੇ ਆਪਣੇ ਪੰਜਾਬ ਦਾ ਫਿਊਚਰ ਆ ਸਟੇਟਮੈਂਟਸ ਆ ਡਿਸੀਜਨਸ ਲਏ ਜਾਂਦੇ ਨੇ ਪਰ ਇੱਕ ਚੀਜ਼ ਸੀ ਜਿਹੜੀ ਮੈਂ ਚਾਹੁੰਦੀ ਸੀ ਕਿ ਸ਼ਾਇਦ ਥੋੜੀ ਜੀ ਜ਼ਿਆਦਾ ਹੋਵੇ ਉਹ ਸੀ ਵਿਮਨ ਐਮਪਾਵਰਮੈਂਟ ਐਜ਼ ਅ ਵੁਮਨ ਐਂਡ ਐਜ਼ ਅ ਫੈਮਿਨਿਸਟ ਮੈਂ ਚਾਹੁੰਦੀ ਸੀ ਕਿ ਵਿਮਨ ਐਮਪਾਵਰਮੈਂਟ ਤੇ ਕੋਈ ਜ਼ਿਆਦਾ ਸਕੀਮਸ ਹੋਣ ਐਜੂਕੇਸ਼ਨ ਹੈ ਹੈਲਥ ਕੇਅਰ ਹੈ ਫਰ ਓਬਵੀਅਸਲੀ ਫਰ ਵਿਮਨ ਪਰ ਉਹ ਇੱਕ ਰਾਈਟ ਹੁੰਦਾ ਹੈ ਹਰ ਇੱਕ ਸਿਟੀਜ਼ਨ ਦਾ ਉਹ ਕੁਛ ਐਮਪਾਵਰਮੈਂਟ ਵਾਸਤੇ ਹਾਂਜੀ ਤੁਸੀਂ ਐਜੂਕੇਸ਼ਨ ਮੰਨ ਸਕਦੇ ਹੋ ਅਸੀਂ ਇਸ ਵਕਤ ਵਿਧਾਨ ਸਭਾ ਖੜੇ ਹਾਂ ਤੇ ਵਿਧਾਨ ਸਭਾ ਦੀ ਕਾਰਵਾਈ ਨੂੰ ਦੇਖਣ ਲਈ ਲੀਡਰਾਂ ਦੇ ਜਿਹੜੇ ਫਰਜ਼ੰਦ ਨੇ ਸ਼ਹਿਜ਼ਾਦੇ ਨੇ ਉਹ ਵੀ ਆਉਂਦੇ ਨੇ ਏਕਮ ਵੜਿੰਗ ਨੇ ਰਾਜਾ ਵੜਿੰਗ ਦੀ ਸਪੁੱਤਰੀ ਏਕਮ ਵੜਿੰਗ ਵੀ ਇੱਥੇ ਕਾਰਵਾਈ ਦੇਖਣ ਆਏ ਨੇ ਬਜਟ ਸੈਸ਼ਨ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਦੇਖਣ ਆਏ ਨੇ ਹਾਲਾਂਕਿ ਏਕਮ ਵੜਿੰਗ ਦਾ ਜਦੋਂ ਇੰਟਰਵਿਊ ਕੀਤੀ ਸੀ ਚੋਣਾਂ ਦੌਰਾਨ ਤਾਂ ਬੜਾ ਜ਼ਿਕਰ ਹੋਇਆ ਕਿ ਬਾਬਾ ਮੇਰੇ ਲਈ ਗਾਣਾ ਗਾਉਂਦੇ ਨੇ ਉਦੋਂ ਪਤਾ ਲੱਗਿਆ ਵੀ ਰਾਜਾ ਵੜਿੰਗ ਗਾ ਵੀ ਲੈਂਦੇ ਨੇ ਅੱਛਾ ਰਾਜਾ ਵੜਿੰਗ ਜਿਵੇਂ ਵਿਰੋਧੀ ਦਰ 'ਚ ਬਹਿ ਕੇ ਬੋਲਦੇ ਨੇ ਉਹ ਕਿਵੇਂ ਲੱਗਦਾ ਹੁਣ ਹਰ ਇੱਕ ਬੇਟੀ ਆਪਦੇ ਡੈਡ ਨੂੰ ਐਜ਼ ਅ ਉਹਦਾ ਹਰ ਬੇਟੀ ਵਾਸਤੇ ਉਹਨਾਂ ਦਾ ਡੈਡ ਇੱਕ ਹੀਰੋ ਹੁੰਦੇ ਹਰ ਇੱਕ ਬੇਟੀ ਵਾਸਤੇ ਤੇ ਮੇਰੇ ਵਾਸਤੇ ਓਬਵੀਅਸਲੀ ਮੇਰੇ ਡੈਡ ਵੀ ਇੱਕ ਹੀਰੋ ਹੈ ਤੇ ਮੇਰੇ ਡੈਡ ਨੂੰ ਹੀਰੋ ਬਣਾਉਣ ਲਈ ਐਕਚੁਅਲ ਹੀਰੋ ਬਣਾਉਣ ਲਈ ਸਾਡੇ ਲੋਕ ਹੈ ਐਂਡ ਆਈ ਆਲਵੇਜ਼ ਗਾਣਾ ਗਾਉਣ ਦੀ ਗੱਲ ਉਹ ਤੁਸੀਂ ਇਹਨਾਂ ਤੋਂ ਗਵਾਓ ਯਾਦ ਆ ਉਦੋਂ ਬਾਅਦ ਕਦੇ ਭਾਸ਼ਣ ਦੇ ਜ਼ਿਕਰ ਹੋਇਆ ਕਹਿੰਦੇ ਇੱਕ ਇੰਟਰਵਿਊ 'ਚ ਜ਼ਿਕਰ ਹੋਇਆ ਵੀ ਮੈਂ ਗਾ ਵੀ ਲੈਣਾ ਫਿਰ ਉਹਨੇ ਗਾਇਆ ਵੀ ਸੀ ਗੀਤ ਮੈਨੂੰ ਯਾਦ ਆ ਉੱਥੇ ਹਾਂ ਉਦੋਂ ਫਿਰ ਮਾਹੌਲ ਐਸਾ ਸੀ ਗਾ ਦੇਈਦਾ ਉਦੋਂ ਗਾਇਆ ਸੀ ਗਾਣਾ ਬੱਚਿਆਂ ਨੂੰ ਕਾਰਵਾਈ ਦਿਖਾਉਣ ਲਿਆਉਂਦੇ ਹੋ ਸਦਨ ਦੀ ਖਾਸ ਤੌਰ ਤੇ ਮੋਟਿਵ ਕੀ ਮੰਨ ਨਹੀਂ ਮੈਂ ਇਹਦਾ ਆਪਦਾ ਇੰਟਰਸਟ ਹੈਗਾ ਬਹੁਤ ਸ਼ੀ ਆਲਵੇਜ਼ ਸੇਜ਼ ਕਿ ਮੈਂ ਜਾਣਾ ਹੈ ਹੁਣ ਛੁੱਟੀਆਂ ਹੈਗੀਆਂ ਦਿੱਲੀ ਪੜ੍ਹਦੀ ਹੈ ਤੇ ਪੂਰਾ ਦਿਲ ਕਰਦਾ ਰੋਜ਼ਾਨਾ ਮੈਂ ਰੋਜ਼ਾਨਾ ਕਹਿੰਦਾ ਕਿ ਅੱਜ ਜਾਣਾ ਹੈ ਸ਼ੀ ਸੇਡ ਕਿ ਹਾਂ ਮੈਂ ਜਾਣਾ ਸੋ ਆਪਦੀ ਇੱਛਾ ਦੇ ਮੁਤਾਬਕ ਆਉਂਦੀ ਹੈ ਸੋ ਇੰਟਰਸਟ ਹੈ 10ਵੀਂ 'ਚ ਹਜੇ ਪੜ੍ਹਦੀ ਹੈ ਛੋਟੀ ਹੈ ਸੋ ਮੈਨੂੰ ਲੱਗਦਾ ਕਿ ਬੱਚੇ ਨੂੰ ਜਿੱਧਰ ਜਿਹੜਾ ਇੰਟਰਸਟ ਹੋਵੇ ਉੱਧਰ ਕਿਉਂਕਿ ਬਹੁਤ ਮਦਦ ਕੀਤੀ ਏਕਮ ਨੇ ਮੇਰੀ ਇਸ ਵਾਰੀ ਇਲੈਕਸ਼ਨਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਸੋਰਾ ਮੇਰੇ ਨਾਲੋਂ ਵੀ ਮੈਨੂੰ ਲੱਗਦਾ ਕਿ ਜ਼ਿਆਦਾ ਇੰਟਰਸਟ ਹੋਇਆ ਏਕਮ ਕੀ ਲੱਗਦਾ ਜਿਸ ਤਰੀਕੇ ਨਾਲ ਸਵਾਲ ਜਵਾਬ ਹੁੰਦੇ ਨੇ ਸਦਨ ਦੀ ਕਾਰਵਾਈ ਦੇ ਵਿੱਚ ਐਮਐਲਏ ਐਮਐਲਏ ਨੂੰ ਸਵਾਲ ਕਰਦੇ ਨੇ ਕੀ ਪ੍ਰਤੀਤ ਹੁੰਦਾ ਮੈਂ ਮਨਪ੍ਰੀਤ ਭੈਣ ਨੂੰ ਵੀ ਆ ਸੇਮ ਗੱਲ ਕਹੀ ਕਿ ਇਹ ਬਹੁਤ ਹੀ ਹੈਲਥੀ ਡਿਬੇਟਸ ਨੇ ਜਿਹੜੀਆਂ ਆਪਣੇ ਪੰਜਾਬ ਦਾ ਭਵਿੱਖ ਨੇ ਇਹ ਹੈਲਥੀ ਡਿਬੇਟਸ ਜਦੋਂ ਆਪੋਜੀਸ਼ਨ ਤੇ ਗਵਰਨਮੈਂਟ ਆਪਦੇ ਓਪੀਨੀਅਨਸ ਰੱਖਦੇ ਨੇ ਸੈਂਟਰ ਟੇਬਲ ਤੇ ਆਹ ਅੱਗੇ ਜਾ ਕੇ ਆਪਣੇ ਪੰਜਾਬ ਦਾ ਫਿਊਚਰ ਆ ਸਟੇਟਮੈਂਟਸ ਆ ਡਿਸੀਜਨਸ ਲਏ ਜਾਂਦੇ ਨੇ ਤਾਂ ਇਹਦੇ 'ਚ ਕੁਛ ਬੁਰੀ ਗੱਲ ਨਹੀਂ ਹੈ ਜੇ ਡਿਬੇਟਸ ਹੋਣ ਤਾਂ ਬਜਟ ਤੇ ਗੱਲਬਾਤ ਹੋਈ ਕੱਲ੍ਹ ਬਜਟ ਪੇਸ਼ ਕੀਤਾ ਇਸ ਸਰਕਾਰ ਨੇ ਪਹਿਲਾ ਬਜਟ ਅੱਛਾ ਬਜਟ ਨੂੰ ਲੈ ਕੇ ਘਰੇ ਜਾ ਕੇ ਵਿਚਾਰ ਵਟਾਂਦਰਾ ਕੀਤਾ ਵੀ ਪਾਪਾ ਵੀ ਕਿਹੜੀ ਚੀਜ਼ ਚੰਗੀ ਸੀ ਕਿਹੜੀ ਮਾੜੀ ਸੀ ਕੋਈ ਜ਼ਿਆਦਾ ਗੱਲ ਨਹੀਂ ਹੋਈ ਪਰ ਹਾਂਜੀ ਜਿਵੇਂ ਪਾਪਾ ਨੂੰ ਫਰਿਸ਼ਤੇ ਅੱਛੀ ਲੱਗੀ ਸਕੀਮ ਜਿਹੜੀ ਸੀ ਮੈਨੂੰ ਐਜੂਕੇਸ਼ਨ ਪਾਲਿਸੀਜ਼ ਅੱਛੀਆਂ ਲੱਗੀਆਂ ਪਰ ਇੱਕ ਚੀਜ਼ ਸੀ ਜਿਹੜੀ ਮੈਂ ਚਾਹੁੰਦੀ ਸੀ ਕਿ ਸ਼ਾਇਦ ਥੋੜੀ ਜੀ ਜ਼ਿਆਦਾ ਹੋਵੇ ਉਹ ਸੀ ਵਿਮਨ ਐਮਪਾਵਰਮੈਂਟ ਐਜ਼ ਅ ਵੁਮਨ ਐਂਡ ਐਜ਼ ਅ ਫੈਮਿਨਿਸਟ ਮੈਂ ਚਾਹੁੰਦੀ ਸੀ ਕਿ ਵਿਮਨ ਐਮਪਾਵਰਮੈਂਟ ਤੇ ਕੋਈ ਜ਼ਿਆਦਾ ਸਕੀਮਸ ਹੋਣ ਐਜੂਕੇਸ਼ਨ ਹੈ ਹੈਲਥ ਕੇਅਰ ਹੈ ਫਰ ਓਬਵੀਅਸਲੀ ਫਰ ਵਿਮਨ ਪਰ ਉਹ ਇੱਕ ਰਾਈਟ ਹੁੰਦਾ ਹੈ ਹਰ ਇੱਕ ਸਿਟੀਜ਼ਨ ਦਾ ਉਹ ਕੁਛ ਐਮਪਾਵਰਮੈਂਟ ਵਾਸਤੇ ਹਾਂਜੀ ਤੁਸੀਂ ਐਜੂਕੇਸ਼ਨ ਮੰਨ ਸਕਦੇ ਹੋ
ਪਰ ਸ਼ਾਇਦ ਥੋੜਾ ਜਿਹਾ ਜੇ ਉਹਨਾਂ ਤੋਂ ਵੱਧ ਹੁੰਦਾ ਵਿਮੈਨ ਵਾਸਤੇ ਤਾਂ ਸ਼ਾਇਦ ਮੈਂ ਜ਼ਿਆਦਾ ਖੁਸ਼ ਹੁੰਦੀ। ਕੱਲ ਹੋਇਆ ਤਾਂ ਹੀ ਰਾਜਾ ਸਾਹਿਬ 1000 ਰੁਪਏ ਦੀ ਗੱਲ ਵੀ ਕਰ ਦਿੰਦਾ। ਬਿਲਕੁਲ ਬਿਲਕੁਲ, ਕਿਉਂਕਿ 1000 ਰੁਪਏ ਵਾਲੀ ਸਕੀਮ ਮੇਨ ਸਕੀਮ ਸੀ, ਮੇਨ ਗਰੰਟੀ ਸੀ। ਔਰ ਮੇਰੀਆਂ ਮਾਵਾਂ ਜਿਹੜੀਆਂ ਪੰਜਾਬ ਦੀਆਂ ਭੈਣਾਂ ਉਹ ਠੱਗਿਆ ਜਾਂ ਮਹਿਸੂਸ ਕਰ ਰਹੀਆਂ, ਸੋ ਇਸ ਕਰਕੇ ਗਲਤੀ। ਥੈਂਕ ਯੂ। ਸੋ ਏਕਮ ਵੜਿੰਗ ਤੇ ਰਾਜਾ ਵੜਿੰਗ ਇਸ ਵਕਤ ਵਿਧਾਨ ਸਭਾ ਦੀ ਕਾਰਵਾਈ, ਜਿਵੇਂ ਕਿ ਰਾਜਾ ਵੜਿੰਗ ਨੇ ਮੁੱਦੇ ਚੱਕੇ ਤੇ ਏਕਮ ਵੜਿੰਗ ਉਹਨਾਂ ਦੀ ਸਪੁੱਤਰੀ ਕਾਰਵਾਈ ਦੇਖਣ ਆਏ, ਉਹਨਾਂ ਦਾ ਕਹਿਣਾ ਹੈ ਕਿ ਬੜੀ ਹੈਲਦੀ ਡਿਬੇਟ ਹੈ, ਬੜਾ ਫਲਦਾਇਕ ਤੇ ਬੜਾ ਹੀ ਜਿਹੜਾ ਕਿ ਬਿਆਨਬਾਜ਼ੀ ਹੁੰਦੀ ਹੈ, ਭਾਸ਼ਣ ਹੁੰਦਾ, ਬਹਿਸ ਹੁੰਦੀ ਹੈ, ਬੜੀ ਜ਼ਰੂਰੀ ਹੈ ਪੰਜਾਬ ਦੇ ਮੁੱਦਿਆਂ ਨੂੰ ਉਘਾੜਨ ਦੇ ਲਈ। ਸੋ ਬੱਚੇ ਦੇਖਣ ਆ ਰਹੇ ਨੇ ਤਾਂ ਜ਼ਰੂਰੀ ਹੈ ਕਿ ਪੰਜਾਬ ਦਾ ਭਵਿੱਖ ਕਿਤੇ ਨਾ ਕਿਤੇ ਜ਼ਰੂਰ ਚੰਗੀ ਦਿਸ਼ਾ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅੱਜ ਦਾ ਬੱਚਾ, ਚਾਹੇ ਉਹ ਰਾਜਾ ਵੜਿੰਗ ਦੀ ਸਪੁੱਤਰੀ ਸੀ, ਹਾਲਾਂਕਿ ਹੋਰ ਬਹੁਤ ਸਾਰੇ ਬੱਚੇ, ਹੋਰ ਬਹੁਤ ਸਾਰੇ ਲੋਕ ਇਹ ਕਾਰਵਾਈ ਦੇਖਣ ਆਉਂਦੇ ਨੇ ਤੇ ਆਉਣਾ ਵੀ ਚਾਹੀਦਾ ਹੈ, ਇਹ ਕਾਰਵਾਈਆਂ ਨੂੰ ਦੇਖਣਾ ਚਾਹੀਦਾ। ਅਸਲ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਤੇ ਆਰਥਿਕ ਸਥਿਤੀ ਨੂੰ ਸਮਝਣ ਦੀ ਲੋੜ ਹੈ ਤੇ ਇਸੇ ਦੇ ਚੱਲਦੇ ਹੋਏ ਵਿਸ਼ਲੇਸ਼ਣ ਕਰਕੇ, ਇਸ ਦੀ ਸਮੀਖਿਆ ਕਰਕੇ ਅੱਗੇ ਜਾ ਕੇ ਇਸ ਨੂੰ ਸੁਧਾਰਨ ਦੀ ਵੀ ਲੋੜ ਹੈ। ਮੈਂ ਸਰਕਾਰ ਆਪਣੇ ਸਹਿਯੋਗੀ ਬਿੰਤੇਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।